ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 12ਵੇਂ ਸੀਜ਼ਨ ਦੇ ਪਹਿਲੇ ਸੈਮੀਫਾਈਨਲ ਰਾਊਂਡ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜਿਸ ਤਰ੍ਹਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਦੋ ਟੀਮਾਂ ਜਿਹੜੀਆਂ ਪ੍ਰੀਲਿਮਨਰੀ ਰਾਊਂਡਸ ਔਰ ਕੁਆਟਰ ਫਾਈਨਲ ਰਾਊਂਡ 'ਚੋਂ ਵਿਨ ਕਰਕੇ ਅੱਜ ਇੱਥੇ ਪਹੁੰਚਣੀਆਂ ਹਨ, ਉਹਨਾਂ ਦਾ ਆਪਸ ਵਿੱਚ ਇਸ ਪਹਿਲੇ ਸੈਮੀਫਾਈਨਲ ਰਾਊਂਡ ਵਿੱਚ ਕੰਪੀਟੀਸ਼ਨ ਹੋਣਾ ਹੈ। ਦੋਨੋਂ ਟੀਮਸ ਨੂੰ ਇਨਵਾਈਟ ਕਰਨ ਤੋਂ ਪਹਿਲੇ ਇੱਕ ਸਾਂਝ ਆਪ ਜੀ ਦੇ ਨਾਲ ਗੁਰਬਾਣੀ ਦੇ ਵਿੱਚੋਂ ਪਾਣੀ ਹੈ। ਗੁਰਬਾਣੀ ਦਾ ਜਿੱਥੇ ਗਾਇਨ ਜਿਹੜਾ ਹੈ ਉਹ ਮਨ ਨੂੰ ਆਨੰਦਿਤ ਕਰਦਾ ਹੈ, ਉੱਥੇ ਗੁਰਬਾਣੀ ਦੀ ਸੂਝ ਉਹਦੀ ਵਿਚਾਰ ਦੇ ਨਾਲ ਮਨ ਖੇੜੇ ਵਿੱਚ ਆ ਜਾਂਦਾ ਹੈ। ਅਸੀਂ ਜਦੋਂ ਬਾਣੀ ਦੇ ਸਹਿਜ ਅਰਥ ਸਮਝਦੇ ਹਾਂ, ਸਹਿਜ ਪਾਠ ਕਰਕੇ ਗੁਰਬਾਣੀ ਦੇ ਪੂਰੇ ਪ੍ਰਿੰਸੀਪਲਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਗੁਰਬਾਣੀ ਦੇ ਵਿੱਚ ਚੜ੍ਹਦੀ ਕਲਾ ਦੀ ਗੱਲ ਕੀਤੀ ਗਈ ਹੈ, ਉੱਥੇ ਕਈ ਵਾਰੀ ਅਸੀਂ ਭੁਲੇਖਾ ਕਹਾ ਜਾਂਦੇ ਹਾਂ। ਜਦੋਂ ਕੋਈ ਬੁਢੇਪੇ ਦਾ ਲਫਜ਼, ਬੁਢੇਪੇ ਬਾਰੇ ਗੱਲ ਆਉਂਦੀ ਹੈ, ਜਿਸ ਤਰ੍ਹਾਂ ਕਿ ਫਰੀਦ ਜੀ ਇੱਥੇ ਸਾਨੂੰ ਸਮਝਾ ਰਹੇ ਹਨ, ਦੇਖ ਫਰੀਦਾ ਜੋਥੀਆ ਦਾੜੀ ਹੋਈਆ ਭੂਰ, ਅੱਗਾ ਨੇੜੇ ਆਇਆ ਪਿੱਛੇ ਰਿਹਾ ਦੂਰ। ਕਈ ਵਾਰੀ ਭੁਲੇਖੇ 'ਚ ਅਸੀਂ ਸਮਝ ਲੈਂਦੇ ਹਾਂ ਕਿ ਇਹ ਸ਼ਾਇਦ ਸਾਡੀ ਲਾਈਫ ਖਤਮ ਹੋਣੇ ਜਾ ਰਹੀ ਹੈ, ਅੱਗਾ ਨੇੜੇ ਆ ਗਿਆ ਹੈ, ਪਰ ਨਹੀਂ, ਗੁਰਬਾਣੀ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਦੀ ਹੈ ਅਤੇ ਹਰ ਇਨਸਾਨ ਨੂੰ, ਚਾਹੇ ਉਹਦੀ ਕੋਈ ਵੀ ਉਮਰ ਹੈ, ਉਸਨੂੰ ਉਹ ਸੰਦੇਸ਼ ਮੈਸੇਜ ਦੇ ਰਹੀ ਹੈ ਆਪਣੇ ਜੀਵਨ ਨੂੰ ਉੱਚਾ ਚੁੱਕਣ ਦਾ। ਤਾਂ ਫਿਰ ਇੱਥੇ ਜਿਹੜੀ ਦਾੜੀ ਭੂਰ ਹੋਈ ਦੀ ਗੱਲ ਹੈ ਉਹ ਹੈ ਸਿਆਣਪ ਆ ਗਈ ਹੈ, ਬਾਣੀ ਦੀ ਸਮਝ ਦੇ ਨਾਲ, ਅਕਾਲ ਪੁਰਖ ਦੇ ਗੁਣਾਂ ਦੀ ਸਮਝ ਦੇ ਨਾਲ ਸਿਆਣਪ ਆ ਗਈ ਹੈ। ਦਾੜੀ ਭੂਰ ਦਾ ਇੱਥੇ ਮਤਲਬ ਇਹ ਨਹੀਂ ਲੈਣਾ ਕਿ ਬਈ ਜੀਵਨ ਖਤਮ ਹੋਣੇ ਜਾ ਰਿਹਾ ਹੈ, ਅੱਗਾ ਨੇੜੇ ਆਇਆ, ਜਦੋਂ ਗੁਣਾਂ ਨਾਲ ਸਾਂਝ ਪਾਈ ਤਾਂ ਉਹ ਪ੍ਰਭੂ ਦੇ ਮਿਲਾਪ ਦੀ ਘੜੀ ਆ ਗਈ ਅਤੇ ਪਿੱਛਾ ਰਿਹਾ ਦੂਰ, ਵਿਕਾਰਾਂ ਤੋਂ ਜੀਵਨ ਮੁਕਤ ਹੋ ਗਿਆ। ਸੋ ਇਹ ਚੀਜ਼ ਇਸ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਾਂਗੇ ਤਾਂ ਸ਼ਾਇਦ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ, ਜਿਹੜੀ ਦੂਰ ਜਾ ਰਹੀ ਹੈ, ਉਹਨੂੰ ਗੱਲ ਸਮਝ ਆ ਜਾਏਗੀ ਕਿ ਇਹ ਗੁਰਬਾਣੀ ਸਾਰੇ ਏਜਿਸ ਲਈ, ਕਿਸੇ ਇੱਕ ਪਰਟੀਕੂਲਰ ਏਜ ਲਈ ਕਿਧਰੇ ਸਾਨੂੰ ਪੈਸੀਮਿਸਟ ਨਹੀਂ ਬਣਾਉਂਦੀ, ਚੜ੍ਹਦੀ ਕਲਾ ਦਾ ਜੀਵਨ ਬਖਸ਼ਦੀ ਹੈ। ਸੋ ਅਸੀਂ ਇਨਵਾਈਟ ਕਰ ਰਹੇ ਹਾਂ ਆਪਣੀ ਟੀਮ ਜਿਹੜੀ ਸੈਮੀਫਾਈਨਲ ਵਿੱਚ ਪਹਿਲੇ ਆ ਰਹੀ ਹੈ, 1708 ਨੰਬਰ ਟੀਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੈਨੂੰ ਸੈਮੀਫਾਈਨਲ ਰਾਊਂਡ ਚ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ। ਵੈਰੀ ਗੁੱਡ। ਸੋ ਆਓ ਜੀ ਦੂਸਰੀ ਟੀਮ ਨੂੰ ਇਨਵਾਈਟ ਕਰ ਰਹੇ ਹਾਂ, 1746 1746। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਦੋਨੋਂ ਟੀਮਾਂ ਪੁੱਜ ਚੁੱਕੀਆਂ ਹਨ ਔਰ ਅਸੀਂ ਸ਼ਾਰਟ ਵਿੱਚ ਇਹਨਾਂ ਦੇ ਨਾਲ ਰੂਲਸ ਔਰ ਆਪਣੇ ਸਾਰੇ ਪਿਆਰੇ ਦਰਸ਼ਕਾਂ ਲਈ ਰੂਲ ਸ਼ੇਅਰ ਕਰਕੇ ਗੇਮ ਨੂੰ ਅੱਗੇ ਵਧਾਵਾਂਗੇ। ਸੋ ਹਰ ਸਹੀ ਜਵਾਬ ਦੇ ਆਪ ਜੀ ਨੂੰ 10 ਨੰਬਰਸ ਮਿਲਣਗੇ, ਕੁਐਸਚਨ ਪਾਸ ਹੋਣ 'ਤੇ 5 ਬੋਨਸ ਮਾਰਕਸ ਹਨ, ਇੱਕ ਲਾਈਫ ਲਾਈਨ ਐਕਸਪਰਟ ਐਡਵਾਈਸ ਦੇ ਰੂਪ ਵਿੱਚ ਆਪ ਜੀ ਨੂੰ ਮਿਲੇਗੀ। ਮੇਰੀ ਦੋਨੋਂ ਟੀਮਸ ਨੂੰ ਸਿੰਸੀਅਰ ਐਡਵਾਈਸ ਹੈ, ਇਹਦਾ ਪੂਰਾ ਫਾਇਦਾ ਉਠਾਓ ਜਿਹਦੇ ਨਾਲ ਆਪ ਜੀ ਸਕੋਰ ਗੇਨ ਕਰ ਸਕੋ। ਔਰ ਇੱਕ ਜਿਹੜਾ ਰੂਲ ਹੈ ਕਿ ਇਹ ਕੁਇਜ਼ ਕੋਈ ਜੇਤੂ ਡਿਕਲੇਅਰ ਕਰਨ ਲਈ ਨਹੀਂ ਬਲਕਿ ਗਿਆਨ ਵਿੱਚ ਵਾਧਾ ਕਰਨ ਲਈ ਹੈ। ਜਿੱਥੇ ਟੀਮਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉੱਥੇ ਸਾਡੇ ਪਿਆਰੇ ਦਰਸ਼ਕ ਵੀ ਜਿਹੜੇ ਹਨ ਨਵੇਂ ਨਵੇਂ ਕੁਐਸਚਨ ਜਾਣ ਕੇ ਗੁਰਬਾਣੀ ਸਿੱਖ ਇਤਿਹਾਸ ਦੇ ਨਾਲ ਜੁੜਦੇ ਹਨ ਅਤੇ ਆਨੰਦਿਤ ਹੁੰਦੇ ਹਨ। ਸੋ ਅਸੀਂ ਪਹਿਲਾ ਕੁਐਸਚਨ ਜਿਹੜਾ ਹੈ ਉਹ 1708 ਟੀਮ ਨੂੰ ਦੇਣੇ ਜਾ ਰਹੇ ਹਾਂ। ਗੁਰਦੁਆਰਿਆਂ ਦਾ ਇਤਿਹਾਸ ਇਹਦੇ ਵਿੱਚੋਂ ਇਹ ਕੁਐਸਚਨ ਹੈ ਜੀ। ਗੁਰੂ ਕਾ ਮਹਿਲ ਅੰਮ੍ਰਿਤਸਰ ਕਿਸ ਤਰ੍ਹਾਂ ਗੁਰੂ ਅਰਜਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ? ਕੁਐਸਚਨ ਪਾਸ ਕਰ ਦਈ ਹੈ। ਓਕੇ, 1746 ਟੀਮ ਲਈ ਇੱਕ ਅੱਛਾ ਮੌਕਾ ਆ ਗਿਆ ਹੈ ਬੋਨਸ ਮਾਰਕਸ ਗੇਨ ਕਰਨ ਦਾ। ਹਾਂਜੀ ਇਹਨਾਂ ਕੋਲ ਵੀ ਲੱਗਦਾ ਹੈ ਕਿ ਕੋਈ ਜਵਾਬ ਨਹੀਂ ਹੈ। ਅਸੀਂ ਦੋਨੋਂ ਟੀਮਾਂ ਲਈ ਔਰ ਆਪਣੇ ਦਰਸ਼ਕਾਂ ਲਈ ਇਹਦਾ ਠੀਕ ਜਵਾਬ ਸਾਂਝਾ ਕਰਨਾ ਚਾਹਾਂਗੇ। ਗੁਰੂ ਅਰਜਨ ਸਾਹਿਬ ਜੀ ਅਟੇਨ ਗੁਰਗੱਦੀ ਹੈ, ਇਸ ਸਥਾਨ 'ਤੇ ਗੁਰੂ ਅਰਜਨ ਸਾਹਿਬ ਨੇ ਗੁਰਗੱਦੀ ਪ੍ਰਾਪਤ ਕੀਤੀ ਐਂਡ ਦਿਸ ਇਜ਼ ਆਲਸੋ ਦੀ ਬਰਥ ਪਲੇਸ ਆਫ ਗੁਰੂ ਤੇਗ ਬਹਾਦਰ ਸਾਹਿਬ ਜੀ। ਕਿਸੇ ਟੀਮ ਨੂੰ ਕੋਈ ਮਾਰਕ ਨਹੀਂ ਮਿਲਿਆ। ਸੋ ਅਸੀਂ ਵਧਦੇ ਹਾਂ ਆਪਣੇ ਦੂਸਰੇ ਕੁਐਸਚਨ ਵੱਲ ਜਿਹੜਾ ਕਿ 1746 ਨੰਬਰ ਟੀਮ ਲਈ, ਹੁਣ ਉਹਨਾਂ ਦੀ ਸਕਰੀਨ 'ਤੇ। ਪਾਕਿਸਤਾਨ ਵਿਖੇ ਦੋ ਗੁਰੂ ਸਾਹਿਬਾਨ ਦੇ ਜਨਮ ਅਸਥਾਨ ਦੀ ਯਾਦਗਾਰ ਵਜੋਂ ਬਣੇ ਗੁਰਦੁਆਰਿਆਂ ਦੇ ਨਾਂ ਦੱਸੋ। ਨੇਮ ਟੂ ਗੁਰਦੁਆਰਾਜ਼
in Pakistan in remembrance of birthplace of two Sikh gurus. ਪਹਿਲਾਂ ਤੇ ਨਨਕਾਣਾ ਸਾਹਿਬ ਨਾਨਕ ਦੇਵ ਜੀ ਦਾ ਗੁਰੂ ਨਾਨਕ ਸਾਹਿਬ ਜੀ ਦਾ ਨਨਕਾਣਾ ਸਾਹਿਬ ਤੇ ਦੂਜਾ ਹੈ ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦਾ ਗੁਰੂ ਰਾਮਦਾਸ ਜੀ ਦਾ ਮੇਰਾ ਖਿਆਲ ਹੈ ਦੋਨੋਂ ਹੀ ਆਨਸਰ ਜਿਹੜੇ ਨੇ ਉਹ ਬਿਲਕੁਲ ਠੀਕ ਆ ਜਾਂਦੇ ਫੁੱਲ 10 ਮਾਰਕਸ ਦੋ ਇਹਦੇ ਵਿੱਚ ਪਾਰਟਸ ਹਨ ਕੁਐਸਚਨ ਦੇ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਐਂਡ ਗੁਰਦੁਆਰਾ ਜਨਮ ਸਥਾਨ ਗੁਰੂ ਨਾਨਕ ਸਾਹਿਬ ਨਨਕਾਣਾ ਸਾਹਿਬ ਬਿਲਕੁਲ ਠੀਕ ਜੀ ਫੁੱਲ 10 ਮਾਰਕਸ ਅਸੀਂ ਵੱਧਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ ਹੁਣ ਬਜ਼ਰ ਰਾਊਂਡ ਆ ਗਿਆ ਜੀ ਘੰਟੀ ਫੇਰਾ ਬਜ਼ਰ ਰਾਊਂਡ ਸੋ ਦੋਨੋਂ ਟੀਮਸ ਤਿਆਰ ਰਹਿਣ ਜੀ ਦੋਨੋਂ ਟੀਮਸ ਲਈ ਇਹ ਚਾਂਸ ਹੈਗਾ ਸਕੋਰ ਕਰਨ ਦਾ ਜਿਹੜੀ ਟੀਮ ਪਹਿਲੇ ਬਜ਼ਰ ਵਜਾਏਗੀ ਉਹਨੂੰ ਆਨਸਰ ਦੇਣਾ ਪਏਗਾ 10 ਮਾਰਕਸ ਫੋਰ ਕਰੈਕਟ ਆਨਸਰ ਐਂਡ ਮਾਈਨਸ ਫੋਰ 5 ਇਫ ਦ ਕੁਐਸਚਨ ਆਨਸਰ ਗੋਜ਼ ਰੋਂਗ ਸੋ ਬਜ਼ਰ ਰਾਊਂਡ ਸ਼ੇਖ ਸੱਜਣ ਜੋ ਇੱਕ ਧਰਮਸ਼ਾਲਾ ਦਾ ਪ੍ਰਬੰਧਕ ਸੀ ਦੇ ਹਿਰਦੇ ਪਰਿਵਰਤਨ ਦੀ ਸਾਖੀ ਕਿਸ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ ਸਾਖੀ ਆਫ ਟ੍ਰਾਂਸਫਰਮੇਸ਼ਨ ਆਫ ਸ਼ੇਖ ਸੱਜਣ ਹੂ ਵਾਜ਼ ਓਨਰ ਆਫ ਸਰਾਏ ਐਂਡ ਇਨ ਫੋਰ ਟਰੈਵਲਰਸ ਇਜ਼ ਰਿਲੇਟਡ ਟੂ ਵਿਚ ਸਿੱਖ ਗੁਰੂ ਬੜਾ ਈਜ਼ੀ ਕੁਐਸਚਨ ਹੈ ਸਾਡੀ ਉਮੀਦ ਸੀ ਕਿ ਤੁਸੀਂ ਜਲਦੀ ਤੋਂ ਜਲਦੀ ਦੋਨੋਂ ਟੀਮਾਂ 'ਚੋਂ ਕੋਈ ਬਜ਼ਰ ਵਜਾਏਗੀ ਹਾਂਜੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਬਿਲਕੁਲ ਠੀਕ ਜਵਾਬ ਆ ਗਿਆ ਹੈ ਜੀ ਸੱਜਣ ਠੱਗ ਜਿਸਨੂੰ ਇਤਿਹਾਸ ਵਿੱਚ ਜਾਣਿਆ ਗਿਆ ਹੈ ਆਪ ਜੀ ਸ਼ਾਇਦ ਇੱਥੇ ਭੁਲੇਖਾ ਖਾ ਗਏ ਸੀ ਸ਼ੇਖ ਸੱਜਣ ਹੀ ਉਹਦਾ ਇਤਿਹਾਸ ਹੀ ਨਾਮ ਹੈ ਜੀ ਸੋ ਕੁਐਸਚਨ ਨੂੰ ਟਵਿਸਟ ਸੈਮੀ ਫਾਈਨਲ ਰਾਊਂਡ ਹੈ ਹਾਰਡ ਤਾਂ ਹੁੰਦਾ ਹੀ ਜਾਏਗਾ ਸੋ ਆਪ ਜੀ ਨੇ ਠੀਕ ਜਵਾਬ ਦਿੱਤਾ ਫੁੱਲ 10 ਮਾਰਕਸ ਫੋਰ ਦਿਸ ਟੀਮ ਸੋ ਅੱਗੇ ਵੱਧਦੇ ਹਾਂ ਜੀ ਦੂਸਰਾ ਬਜ਼ਰ ਰਾਊਂਡ ਹੁਣ ਆ ਰਿਹਾ ਜੀ ਇੱਥੇ ਦਲ ਖਾਲਸਾ ਦੇ ਮੋਢੀ ਕੌਣ ਸਨ ਹੂ ਵਾਜ਼ ਦਾ ਫਾਊਂਡਰ ਆਫ ਦਾ ਦਲ ਖਾਲਸਾ ਦੋਨੋਂ ਟੀਮਸ ਲਈ ਬੜਾ ਅੱਛਾ ਮੌਕਾ ਹੈ ਸਕੋਰ ਕਰਨ ਦਾ ਹਾਂਜੀ ਦਲ ਖਾਲਸਾ ਦੇ ਮੋਢੀ ਕੌਣ ਸਨ ਹਾਂਜੀ ਉਹ ਰਿਸਕ ਨਹੀਂ ਲੈਣਾ ਚਾਹ ਰਹੇ ਰੀਅਲੀ ਮਾਈਨਸ 5 ਨਹੀਂ ਆਉਣਾ ਦੇਣਾ ਚਾਹ ਰਹੇ ਗੁੱਡ ਦੋਨੋਂ ਟੀਮਾਂ ਨੇ ਲੱਗਦਾ ਸੁਰੈਂਡਰ ਕਰ ਦਿੱਤਾ ਹੈ ਅਤੇ ਸਾਨੂੰ ਆਪਣੇ ਪਿਆਰੇ ਦਰਸ਼ਕਾਂ ਨੂੰ ਇਹ ਜਵਾਬ ਠੀਕ ਦੱਸਣਾ ਹੀ ਪਏਗਾ ਦੋਨੋਂ ਟੀਮਾਂ ਦੀ ਨੌਲੇਜ ਵਿੱਚ ਵੀ ਵਾਧਾ ਹੋਏਗਾ ਦਲ ਖਾਲਸਾ ਦੇ ਮੋਢੀ ਨਵਾਬ ਕਪੂਰ ਸਿੰਘ ਜੀ ਸਨ ਕਿਧਰੇ ਆਪ ਜੀ ਦੇ ਬੈਕ ਮਾਇੰਡ 'ਚ ਸੀ ਜੀ ਅੱਛਾ ਜੀ ਸੋ ਆਪ ਜੀ ਨੇ ਰਿਸਕ ਨਹੀਂ ਲਿਆ ਨਵਾਬ ਕਪੂਰ ਸਿੰਘ ਅਸੀਂ ਵੱਧਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ ਜਿਹੜਾ ਕਿ ਹੁਣ ਆ ਰਿਹਾ ਸਕਰੀਨ 'ਤੇ ਬੁੱਕਸ ਪੁਸਤਕਾਂ ਬਾਰੇ ਕੁਐਸਚਨ ਹੈ ਜੀ ਡਾਇਰੈਕਟ ਕੁਐਸਚਨ ਹੈ ਜੀ 1708 ਨੰਬਰ ਟੀਮ ਲਈ ਹੂ ਇਜ਼ ਦੀ ਆਥਰ ਆਫ ਬੁੱਕ ਹਮ ਹਿੰਦੂ ਨਹੀਂ ਪੁਸਤਕ ਹਮ ਹਿੰਦੂ ਨਹੀਂ ਦੇ ਕਰਤਾ ਕੌਣ ਹਨ ਜੀ ਕਾਨ ਸਿੰਘ ਨਾਭਾ ਕਾਨ ਸਿੰਘ ਨਾਭਾ ਇਜ਼ ਦਾ ਵੈਰੀ ਕਰੈਕਟ ਆਨਸਰ ਫੁੱਲ 10 ਮਾਰਕਸ ਫੋਰ 1708 ਨੰਬਰ ਟੀਮ ਸੋ ਅਸੀਂ ਵੱਧਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ ਜਿਹੜਾ ਕਿ ਡਾਇਰੈਕਟ ਆ ਰਿਹਾ 1746 ਨੰਬਰ ਟੀਮ ਨੂੰ ਹੂ ਇਜ਼ ਦਾ ਆਥਰ ਆਫ ਫੇਮਸ ਬੁੱਕ ਦਾ ਸਿੱਖਸ ਪਬਲਿਸ਼ਡ ਇਨ 1999 1999 ਵਿੱਚ ਪ੍ਰਕਾਸ਼ਿਤ ਪੁਸਤਕ ਦਾ ਸਿੱਖਸ ਦੇ ਕਰਤਾ ਕੌਣ ਹਨ ਆਪ ਜੀ ਵੀ ਤਿਆਰ ਰਹਿ ਸਕਦੇ ਹੋ ਕੁਐਸਚਨ ਪਾਸ ਹੋ ਸਕਦਾ ਖੁਸ਼ਵੰਤ ਸਿੰਘ ਖੁਸ਼ਵੰਤ ਸਿੰਘ ਫਾਈਨਲ ਆਨਸਰ ਹੈ ਆਪ ਜੀ ਦਾ ਡਿਸਕਸ ਕਰ ਲਿਆ ਟੀਮ ਵਿੱਚ ਗੈਸ ਹੀ ਕਰ ਰਹੇ ਗੈਸ ਕਰ ਰਹੇ ਆਪ ਜੀ ਦਾ ਇਹ ਗੈਸ ਠੀਕ ਨਹੀਂ ਹੈ ਅਸੀਂ ਪਾਸ ਕਰਦੇ ਹਾਂ ਕੁਐਸਚਨ 1708 ਨੰਬਰ ਟੀਮ ਵਾਸਤੇ ਨੋ ਆਨਸਰ ਕਿ ਇਸ ਪੁਸਤਕ ਦੇ ਲੇਖਕ ਸਨ ਸਰਦਾਰ ਪਤਵੰਤ ਸਿੰਘ ਜੀ ਹੀ ਇਜ਼ ਨੋ ਮੋਰ ਇਨ ਦਿਸ ਵਰਲਡ ਬਟ ਏ ਗ੍ਰੇਟ ਸਕਾਲਰ ਆਫ ਇਸ ਟਾਈਮਸ ਬ੍ਰੇਕ 'ਤੇ ਜਾਣ ਤੋਂ ਪਹਿਲੇ ਦੋਨੋਂ ਟੀਮਸ ਦੇ ਕੀ ਸਕੋਰ ਹਨ 1708 ਨੰਬਰ ਟੀਮ ਜਿਹੜੀ ਹੈ ਔਰ 20 ਮਾਰਕਸ ਦੇ ਨਾਲ ਗੇਮ ਵਿੱਚ ਬਣੀ ਹੋਈ ਹੈ ਔਰ 1746 ਨੰਬਰ ਟੀਮ 10 ਮਾਰਕਸ ਨਾਲ ਪਿੱਛੇ ਚੱਲ ਰਹੀ ਹੈ ਪਰ ਬ੍ਰੇਕ 'ਤੇ ਜਾਣ ਤੋਂ ਪਹਿਲੇ ਅਸੀਂ ਆਪਣੇ ਦਰਸ਼ਕਾਂ ਨਾਲ
एक गल शेयर करना चाहवांगे कि ब्रेक दे विच आप जी लई एक ऑडियंस क्वेश्चन आ रहा। आप जी ने घर बैठे इसका जवाब विद योर नेम, फोटो एंड सिटी नेम छेती नाल भेज देना है ताकि आप जी अपनी फोटो अगले हफ्ते स्क्रीन के उपर देख सको और बड़ी जल्दी ही अपने दर्शकों के फिर रूबरू आने। मेरे वीर सरदार कुलमोहन सिंह जी आप जी के नाल गेम नू कंटिन्यू रखो। रफ्तार भरी जिंदगी विच जरूरत है समय तो अग्गे रहण दी, तरक्की दी राह ते साथियां नू नाल रखण दी। कॉन्फिडेंस है दुनिया सामने हर रूप दे विच खड़े होण दा, ते कॉन्फिडेंस मिलदा सिमको तो। सिमको सुप्रीम हेयर फिक्सर, सिमको क्लासिक हेयर फिक्सर, पर्सनैलिटी नू निखारन वाला भरोसेमंद साथी, इसलिए अज भी अनेम यू कैन रिलाई अपॉन सिमको। Hey guys! Wow! Just point and move! Specialist LED TV. Your amazing picture! Smart features ke saath. Main mehenga hoga. Khud dekh le. Hey! Abhe? Kahan gaya? Lagta hai mehenge daam mein TV khareeda tha. Behtareen picture, stylish design, 3 saal ki warranty. Viber, the LED TV specialist. ये क्या सुना रहा है सर? आप लोग मैच खेलने जा रहे हैं ना, इसलिए कामयाबी की घंटी सुना। नया पॉकेट सर्फर रुपीज 1999 से शुरू एंड्रॉइड स्मार्टफोन के साथ एक साल का इंटरनेट फ्री। When it's about style, it's Simco. Simco Swift Power Hair Spray in Mega Strong, System Professional and Ultra Strong. Simco Swift Power Hair Spray. Style begins with it. वाहेगुरु जी का खालसा, वाहेगुरु जी की फतेह। अज का ऑडियंस क्वेश्चन है 26 जनवरी 2018 की रिपब्लिक डे परेड विच पंजाब झाकी विच केड़ा शब्द गायन किया जा रहा सी? विच शब्द वॉज बीइंग संग इन दी पंजाब झाकी ऑफ रिपब्लिक डे परेड ऑफ 2018? आप जी अपने जवाब स्क्रीन ते लिखे प्रोसीजर अनुसार सानू भेज सकते हो। धन्यवाद। वाहिगुरु जी का खालसा, वाहिगुरु जी की फतेह। ब्रेक तो बाद दर्शकों का स्वागत है आप जी के प्यारे प्रोग्राम आओ बनीए गुरसिख प्यारा प्रोग्राम दे विच। दो टीम ब्रेक तो पहला मेरे वीर को एंकर सा हरजिंदर सिंह जी आप जी दे नाल इन टीमों के नाल इस प्रतियोगिता तोड़ रहे सन। सो 1708 टीम जी है 20 मार्क्स नाल इस प्रतियोगिता बनी हुई है और 1746 जी 10 मार्क्स नाल। किसी वेले भी मुकाबले विच किस भी हो सकता नतीजे, इस करके बड़ा सोच समझ के आपने ये विचकार हिस्सा लेना। सो प्रश्नों की लड़ी नू मुड़ तो शुरू करदे होया आप जी ने तुक का अर्थ दसना, यानी गुरबाणी की आप जी नू एक तुक दिती जाएगी उसका आप जी ने अर्थ दसना है। सो सीधा प्रश्न जड़ा आ रहा है वह 1708 वास्ते। जी संभाली ता सब दुख लत्था, सोच के जवाब देना इहदा की अर्थ है? इहदा अर्थ है जे असीं अपने मन नूं होर दुनियावी चीज़ां तो बचा लईए ते वाहिगुरू दे वल जोड़ीए ते अपने आप ही सारे दुख दूर हो जाणगे। फुल 10 मार्क्स टू यू। पूरे 10 मार्क्स आसू नूं मिलदे ने। और अगला प्रश्न टीम 1746 वास्ते, जिन्हा सतगुर का आख्या सुखावे नाहीं तिना मूँ
ਪਲੇਰੇ ਫਿਰੇ ਦੇ ਗਾਲੇ। ਜੇ ਪਰਮਾਤਮਾ ਦੀ ਆਗਿਆ ਨੂੰ ਪਰਮਾਤਮਾ ਦੇ ਕਹੇ ਨੂੰ ਨਹੀਂ ਮੰਨਦੇ ਨੇ, ਉਹਨਾਂ ਦੀ ਗੱਲਾਂ ਤੇ ਨਹੀਂ ਚੱਲਦੇ ਨੇ। ਗੁਰਮਤ ਤੇ ਅਧਾਰਿਤ ਭਾਵਨਾਵਾਂ 'ਚ ਬਹਿ ਕੇ ਨਹੀਂ ਗੱਲ ਕਰਨੀ। ਕੁਐਸਚਨ ਪਾਸਿਸ ਟੂ ਟੀਮ 1708। ਜਿਨ੍ਹਾਂ ਨੂੰ ਸਤਿਗੁਰ ਜੀ ਦਾ ਹੁਕਮ ਨਹੀਂ ਚੰਗਾ ਲੱਗਦਾ, ਉਹ ਇੰਚ ਫਿਰਦੇ ਨੇ ਜਿਵੇਂ ਆਪਣੀ ਦੇਹ ਨੂੰ ਗਾਲਦੇ, ਇਵੇਂ ਹੀ ਆਪਣਾ ਜਨਮ ਵਿਅਰਥ ਗਵਾ ਦਿੰਦੇ ਹਨ। ਮੈਂ ਸਮਝਦਾ ਕਿ ਆਪ ਨੇ ਵੀ ਸਵਾਲ ਦਾ ਜਵਾਬ ਪੂਰਾ ਨਹੀਂ ਦੇ ਪਾਏ। ਸਾਡੇ ਕੋਲ ਉੱਤਰ ਤਾਂ ਆਲਮੋਸਟ ਆਇਆ ਹੈ, ਲੇਕਿਨ ਵੱਖਰੇ ਵੱਖਰੇ ਤਰੀਕੇ ਨਾਲ, ਲੇਕਿਨ ਕਾਫੀ ਹੱਦ ਤੱਕ ਅਸੀਂ ਉਹਦੇ ਨੇੜੇ ਪਹੁੰਚੇ ਹਾਂ। ਜਿਹੜੀ ਟੀਮ 1746 ਹੈ, ਇਸ ਨੂੰ ਇਸ ਪ੍ਰਸ਼ਨ ਦੇ 5 ਮਾਰਕਸ ਦਿੱਤੇ ਜਾਣਗੇ ਸਾਡੇ ਜੱਜਿਸ ਦੇ ਹਿਸਾਬ ਨਾਲ। ਔਰ ਤੁਹਾਡੇ ਕੋਲ ਪਾਸ ਹੋਣ ਕੁਐਸਚਨ ਸੀ, ਤੁਹਾਨੂੰ 5 ਮਾਰਕਸ ਮਿਲਣੇ ਸਨ। ਜੇ ਪੂਰਾ ਠੀਕ ਹੁੰਦਾ ਆਪ ਜੀ ਨੂੰ 2 ਮਾਰਕਸ ਮਿਲਦੇ। ਸੋ ਦੋਨਾਂ ਦੀ ਟੈਲੀ ਵਿਚਕਾਰ ਕੁਛ ਨਾ ਕੁਛ ਐਡ ਹੋਇਆ, ਔਰ ਸਾਡੀ ਸੰਗਤਾਂ ਦੀ ਜਾਣਕਾਰੀ ਵਿਚਕਾਰ ਬਹੁਤ ਕੁਛ ਐਡ ਹੋ ਗਿਆ। ਸੋ ਇਹ ਪ੍ਰਸ਼ਨਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਮੈਂ ਬੇਨਤੀ ਕਰਾਂਗਾ, ਅਗਲਾ ਪ੍ਰਸ਼ਨ ਜਿਹੜਾ ਹੈ ਉਹ ਬਜ਼ਰ ਰਾਊਂਡ ਹੈ, ਔਰ ਇਹ ਓਪਨ ਹੈ ਦੋਨੋਂ ਟੀਮਾਂ ਵਾਸਤੇ। ਸੋ ਬਜ਼ਰ ਰਾਊਂਡ ਦੇ ਅੰਦਰ ਤੁਸੀਂ ਆਈਡੈਂਟੀਫਾਈ ਕਰਨਾ ਜਿਹੜੇ ਕੀਰਤਨ ਕਰ ਰਹੇ ਨੇ ਉਹਨਾਂ ਦੀ ਆਵਾਜ਼ ਕੀਤੀ ਹੈ। ਸੋ ਬੜੇ ਧਿਆਨ ਨਾਲ ਆਪਨੇ ਸੁਣਨਾ ਹੈ। ਪ੍ਰੋਫੈਸਰ ਕਰਤਾਰ ਸਿੰਘ, ਸੋ ਆਪ ਜੀ ਦਾ ਉੱਤਰ ਗਲਤ ਹੈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਇਹ ਨੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਨਾਮਧਾਰੀ ਕੀਰਤਨੀਏ ਵੀ ਕਹਿੰਦੇ ਹਾਂ, ਲੇਕਿਨ ਤੁਸੀਂ ਬਦਰ ਵਜਾ ਕੇ ਉਹਦਾ ਆਂਸਰ ਦਿੱਤਾ, ਬਟ ਤੁਹਾਡਾ ਆਂਸਰ ਗਲਤ ਹੈ, ਔਰ ਤੁਹਾਡੇ ਜਿਹੜੇ ਨੇ 5 ਮਾਰਕਸ ਮਾਈਨਸ ਹੋ ਰਹੇ ਨੇ। ਸੋ ਅਗਲਾ ਪ੍ਰਸ਼ਨ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਨਿਹਚਲ ਚੌਰ ਛਤ ਪੌੜੀ ਵੱਡੀ ਵੱਡਾ ਅਪਾਰ ਤੇਰਾ। ਆਪ ਜੀ ਨੇ ਕੀਰਤਨ ਆਰੰਭ ਹੁੰਦਿਆਂ ਹੀ ਬਜਰ ਦਬਾ ਦਿੱਤਾ, ਇਹਨਾਂ ਦਬਾ ਦਿੱਤਾ ਨਾ ਜੀ। ਸੋ ਆਪ ਜੀ ਦਾ ਜਵਾਬ, ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ। ਟੈਲ ਫੁੱਲ ਮਾਰਕਸ ਟੂ ਯੂ। ਆਪ ਜੀ ਨੇ ਆਪਣੀ ਟੈਲੀ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜਿਨ੍ਹਾਂ ਦੀ ਇਹ ਆਵਾਜ਼ ਸੀ, ਅਸੀਂ ਇਸ ਪ੍ਰਤੀਯੋਗਤਾ ਨੂੰ ਅੱਗੇ ਤੋਰਦੇ ਹੋਏ ਹੁਣ ਅਗਲਾ ਪ੍ਰਸ਼ਨ ਜਿਹੜਾ ਹੈ ਉਹ ਡਾਇਰੈਕਟ ਕੁਐਸਚਨ ਆ ਰਿਹਾ ਹੈ ਟੀਮ 1708 ਵਾਸਤੇ, ਜਿਹਦੇ ਵਿਚਕਾਰ ਆਪ ਜੀ ਨੇ ਸਿੱਖ ਪਰਸਨੈਲਿਟੀ ਨੂੰ ਵਿਸ਼ੇਸ਼ ਵਿਅਕਤੀ ਆਪ ਜੀ ਨੂੰ ਦਿਖਾਏ ਜਾਣਗੇ, ਔਰ ਉਹਦਾ ਆਪਣੇ ਪਹਿਚਾਣ ਕਰਨੀ ਹੈ। ਲੇਕਿਨ ਦੋਨੋਂ ਟੀਮਾਂ ਵਾਸਤੇ ਅਗਰ ਆਪ ਜੀ ਇਹਦੇ ਨਾਲ ਨਿਸ਼ਚੈ ਕਰ ਆਪਣੀ ਜੀਤ ਕਰੋ ਕਹੋਗੇ ਤਾਂ ਆਪ ਜੀ ਨੂੰ 10 ਬੋਨਸ ਮਾਰਕਸ ਮਿਲਣਗੇ। ਟੈਲੀ ਕਿਸੇ ਪਾਸੇ ਵੀ ਜਾ ਸਕਦੀ ਹੈ। ਸੋ 1708 ਵਾਸਤੇ ਡਾਇਰੈਕਟ ਕੁਐਸਚਨ, ਨਿਸ਼ਚੈ ਕਰ ਆਪਣੀ ਜੀਤ ਕਰੋ, ਬ੍ਰਿਗੇਡੀਅਰ ਸਰਬਜੀਤ ਸਿੰਘ। ਬੜਾ ਸਮਾਂ ਰਹਿੰਦਾ ਸੀ? ਨਹੀਂ ਪਤਾ ਸੀ, ਮੈਂ ਕਿਹਾ ਸਮਾਂ ਵੀ ਬੜਾ ਰਹਿੰਦਾ ਸੀ, ਇੱਕਦਮ ਜਵਾਬ ਦੇ ਦਿੱਤਾ, ਪਤਾ ਨਹੀਂ ਗਲਤ ਹੀ ਹੋਵੇ ਫਿਰ। ਨਹੀਂ ਠੀਕ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ ਨਾਲ ਕਿਹਾ। ਹਾਂਜੀ, ਕੌਨਫੀਡੈਂਟ ਹਾਂ ਬਿਲਕੁਲ। ਹਾਂਜੀ, ਮੈਂ ਮੁਬਾਰਕਬਾਦ ਦੇ ਰਿਹਾ ਕਿ 20 ਫੁੱਲ ਮਾਰਕਸ ਟੂ ਯੂ। ਬ੍ਰਿਗੇਡੀਅਰ ਜਨਰਲ ਰਿਟਾਇਰਡ ਸਰਬਜੀਤ ਸਿੰਘ ਜੀ, ਫਸਟ ਸਿੱਖ ਟੂ ਬਿਕਮ ਸਿੰਗਾਪੁਰ ਫਾਈਟਰ ਪਾਇਲਟ ਐਂਡ ਆਲਸੋ ਦੀ ਅਟੇਨ ਦੀ ਰੈਂਕ ਆਫ ਬ੍ਰਿਗੇਡੀਅਰ ਜਨਰਲ। ਸੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਆਪ ਜੀ ਨੇ ਇਹਦਾ ਉੱਤਰ ਦਿੱਤਾ, ਔਰ ਸ਼ਾਇਦ ਇਹੀ ਕਿਸੇ ਸਾਰੀ ਰੇਸ਼ੋ ਨੂੰ ਬਦਲ ਸਕਦਾ ਹੈ।
ਸੋ ਅਗਲਾ ਡਾਇਰੈਕਟ ਕੁਐਸਚਨ ਔਰ ਮੈਂ ਸਮਝਦਾ ਕਿ ਇਸ ਰਾਊਂਡ ਦਾ ਆਖਰੀ ਕੁਐਸਚਨ ਹੈ ਜਿਹੜਾ ਕਿ ਟੀਮ ਨੂੰ ਫਾਈਨਲ ਵੱਲ ਲੈ ਕੇ ਜਾਏਗਾ। ਕਿਸ ਟੀਮ ਨੂੰ ਲੈ ਕੇ ਜਾਏਗਾ ਇਹ ਮੈਨੂੰ ਨਹੀਂ ਪਤਾ। ਸੋ ਅਗਲਾ ਪ੍ਰਸ਼ਨ 1746 ਨੂੰ ਐਕਸਪਰਟ ਐਡਵਾਈਸ। ਸੋ ਸਮਾਂ ਰੋਕਤਾ ਜਾਵੇ, ਟੀਮ 1746 ਨੇ ਐਕਸਪਰਟ ਐਡਵਾਈਸ ਵਾਸਤੇ ਕਿਹਾ ਹੈਗਾ ਔਰ ਮੈਂ ਐਕਸਪਰਟ ਐਡਵਾਈਸ ਵਾਸਤੇ ਸਾਡੇ ਨਾਲ ਲਾਈਨ 'ਤੇ ਜੁੜੇ ਨੇ ਮਿਸਿਸ ਸੁਖਵੰਤ ਕੌਰ ਜੀ, ਪ੍ਰਿੰਸੀਪਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵੰਤ ਕੌਰ ਜੀ, ਆਪ ਦੇਖਿਆ ਕਿ ਆਪ ਜੀ ਦੇ ਸਾਹਮਣੇ ਟੀਮ ਨੇ 1746 ਨੇ ਜਿਹੜਾ ਪ੍ਰਸ਼ਨ ਇਹਨਾਂ ਨੂੰ, ਇਹ ਜਿਹੜੀ ਇਹਨਾਂ ਨੂੰ ਫੋਟੋ ਦਿਖਾਈ ਗਈ ਸੀ ਉਹ ਚਿੱਤਰ ਦੇਖਣ ਤੋਂ ਬਾਅਦ ਇਹਨਾਂ ਨੇ ਆਪ ਜੀ ਕੋਲੋਂ ਐਕਸਪਰਟ ਐਡਵਾਈਸ ਮੰਗੀ ਹੈ। ਕਿਰਪਾ ਕਰਕੇ ਆਪ ਦੱਸਣ ਦੀ ਕਿਰਪਾਲਤਾ ਕਰੋ ਕਿ ਇਹ ਚਿੱਤਰ ਕਿਹਨਾਂ ਦਾ ਹੈ ਔਰ ਇਹ ਕਿਵੇਂ ਇੱਕ ਅੱਛੀ ਪਰਸਨੈਲਿਟੀ ਦੇ ਤੌਰ 'ਤੇ ਜਾਣੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਸਿੱਖ ਪਰਸਨੈਲਿਟੀ ਇਜ਼ ਹਰਿੰਦਰ ਸਿੰਘ। ਸਰਦਾਰਨੀ ਸੁਖਵੰਤ ਕੌਰ ਜੀ ਕਹਿੰਦੇ ਨੇ ਕਿ ਇਹ ਹਰਿੰਦਰ ਸਿੰਘ ਜੀ ਦਾ ਚਿੱਤਰ ਹੈ ਔਰ ਇਹ ਪੰਜਾਬੀ ਬ੍ਰਾਂਡ 1469 ਦੇ ਨਾਮ ਨਾਲ ਜਾਣੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਈਅਰ ਦੇ ਨਾਲ ਇਹਨਾਂ ਨੇ ਇੱਕ ਬ੍ਰਾਂਡ ਕ੍ਰੀਏਟ ਕੀਤਾ ਹੋਇਆ ਉਸ ਨੂੰ ਪ੍ਰਚਾਰਿਤ ਕਰਨ ਵਾਸਤੇ। ਕਿਆ ਆਪ ਉਹਨਾਂ ਨਾਲ ਸਹਿਮਤ ਹੋ? ਹਾਂਜੀ ਬਿਲਕੁਲ। ਸੋ ਮੇਰੇ ਖਿਆਲ ਹੈ ਕਿ ਜੇ ਆਪਾਂ ਸਹਿਮਤ ਹਾਂ ਤਾਂ ਸਾਨੂੰ ਧੰਨਵਾਦ ਕਰਨਾ ਚਾਹੀਦਾ। ਸਰਦਾਰਨੀ ਸੁਖਵੰਤ ਕੌਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮਾਈ ਬੈਸਟ ਵਿਸ਼ਸ ਟੂ ਆਲ ਦ ਆਰਗਨਾਈਜ਼ਰਸ ਐਂਡ ਦ ਪਾਰਟਿਸਿਪੈਂਟਸ ਆਫ ਦਿਸ ਪ੍ਰੋਗਰਾਮ। ਆਪ ਜੀ ਨੇ ਟੀਮ ਨੂੰ ਅੱਗੇ ਤੋਰਿਆ ਔਰ ਇਹਨਾਂ ਚਿੱਤਰ ਦੇ ਰਾਹੀਂ ਅਸੀਂ ਦੁਨੀਆ ਦੇ ਅੰਦਰ ਉਹਨਾਂ ਸ਼ਖਸੀਅਤਾਂ ਨੂੰ ਅੱਗੇ ਲਿਜਾਂਦੇ ਹਾਂ ਜਿਹੜੀਆਂ ਸ਼ਖਸੀਅਤਾਂ ਕਿਸੇ ਵੀ ਇੰਟਰੋਡਕਸ਼ਨ ਦੀਆਂ ਮੁਹਤਾਜ ਨਹੀਂ ਹੁੰਦੀਆਂ। ਸੋ ਫੁੱਲ 10 ਮਾਰਕਸ ਟੂ ਯੂ। ਦੋਨੋਂ ਟੀਮਾਂ ਨੂੰ ਕੀ ਸਕੋਰ ਬਣਿਆ ਹੈ? ਟੀਮ 1746 35 ਮਾਰਕਸ, ਵਿਦਾਈ ਜੀ ਦਾ ਸਮਾਂ। ਔਰ ਦੂਜੇ ਪਾਸੇ 1708 ਜਿਨ੍ਹਾਂ ਨੇ 47 ਯਾਨੀ 47 ਮਾਰਕਸ ਲੈ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਔਰ ਕਿਤੇ ਖਾਈ ਖੁਸ਼ੀ ਹੈ, ਦੂਜੇ ਪਾਸੇ ਵੀ ਖੁਸ਼ੀ ਚਾਹੀਦੀ ਹੈ। ਇਹ ਵਿਦਾਇਗੀ ਹਮੇਸ਼ਾ ਵਾਲੀ ਨਹੀਂ ਹੈ, ਇਹ ਵਿਦਾਇਗੀ ਇਹ ਹੈ ਕਿ ਅੱਗੋਂ ਫਿਰ ਤਿਆਰੀ ਕਰੋ। ਦਿਸ ਇਜ਼ ਨੋਟ ਦੀ ਐਂਡ, ਇਟਸ ਅ ਬਿਗਨਿੰਗ। ਅਸੀਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਦੇ ਉੱਤੇ ਜਿਹੜੀਆਂ ਟੀਮਾਂ ਇੱਥੇ ਪਹੁੰਚਦੀਆਂ ਨੇ ਕੇਵਲ ਇਹੀ ਅੰਬੈਸਡਰ ਨਹੀਂ ਨੇ, ਤੁਸੀਂ ਵੀ ਘਰ ਬੈਠੇ ਉਹਦੇ ਅੰਬੈਸਡਰ ਹੋ। ਆਪਣੇ ਆਪਣੇ ਹਲਕਿਆਂ 'ਚ, ਆਪਣੇ ਇਲਾਕਿਆਂ ਦੇ ਵਿਚਕਾਰ ਆਓ ਬਣੀਏ ਗੁਰਸਿੱਖ ਪਿਆਰਾ ਦੇ ਪ੍ਰੋਗਰਾਮ ਦੀਆਂ ਯੂਟਿਊਬ 'ਤੇ ਸਾਰੀਆਂ ਪ੍ਰੋਗਰਾਮ ਪਏ ਹੋਏ ਨੇ। ਆਪ ਸਾਰੇ ਪ੍ਰੋਗਰਾਮ ਪਿਛਲੇ 3.5 ਸਾਲ ਦੇ ਦੇਖ ਕੇ ਉਹਨਾਂ ਦੇ ਨਾਲ ਅਗਲੇ ਪ੍ਰੋਗਰਾਮ ਬਣਾਓ ਤਾਂ ਕਿ ਵੱਧ ਤੋਂ ਵੱਧ ਨਵੀਂ ਪਨੀਰੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਹੋ ਸਕੇ। ਇਹਨਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ ਮੈਂ ਬੇਨਤੀ ਕਰਨ ਜਾ ਰਿਹਾ ਸਰਦਾਰ ਗੁਰਮੋਹਨ ਸਿੰਘ ਜੀ, ਜਿਹੜੇ ਕਿ ਗੁਰੂ ਨਾਨਕ ਲਾਇਬ੍ਰੇਰੀ ਰਾਜਿੰਦਰ ਨਗਰ ਨਾਲ ਜੁੜੇ ਨੇ ਔਰ ਬੜੀ ਸੇਵਾ ਕਰਦੇ ਰਹੇ, ਔਰ ਨਾਲ ਨਾਲ ਸਰਦਾਰ ਲਖਵੀਰ ਸਿੰਘ ਜੀ ਜਿਹੜੇ ਕਿ ਕੈਨੇਡਾ ਤੋਂ ਵੈਨਕੂਵਰ ਤੋਂ ਅੱਜ ਸਪੈਸ਼ਲੀ ਸਾਡੇ ਸੱਦੇ 'ਤੇ ਸਾਨੂੰ ਅਸੀਸ ਦੇਣ ਵਾਸਤੇ ਇੱਥੇ ਆਏ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਇਹਨਾਂ ਦੋਨਾਂ ਟੀਮਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ ਧਿਆਨ। ਅਸੀਂ ਸ਼ੋਅ ਵਿੱਚ ਆਏ ਸਰਦਾਰ ਲਖਮੀਰ ਸਿੰਘ ਜੀ ਵੈਨਕੂਵਰ ਕੈਨੇਡਾ ਤੋਂ ਜਿਹੜੇ ਇੱਥੇ ਪੁੱਜੇ, ਔਰ ਸਰਦਾਰ ਗੁਰਮੋਹਨ ਸਿੰਘ ਜੀ ਗੁਰਸਿੱਖ ਸੰਯੋਗ ਗੁਰੂ ਨਾਨਕ ਲਾਇਬ੍ਰੇਰੀ ਦੇ ਨਾਲ ਜਿਹੜੇ ਜੁੜੇ ਹਨ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਅਸੀਂ ਪਹਿਲੇ ਸਰਦਾਰ ਗੁਰਮੋਹਨ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ 1746 ਨੰਬਰ ਟੀਮ ਜਿਹੜੇ ਸਾਡੇ ਕੋਲੋਂ ਅੱਜ ਇੱਥੇ ਵਿਦਾ ਲੈ ਰਹੇ ਹਨ ਉਹਨਾਂ ਨੂੰ ਕੈਸ਼ ਪ੍ਰਾਈਜ਼ ਵੇਵ ਵੱਲੋਂ ਔਰ ਗਿਫਟ ਐਂਪਰ ਸਾਡੇ ਸਪੋਂਸਰ ਸਿਮਕੋ ਵੱਲੋਂ ਦੇਣ ਜੀ। ਹੁਣ ਬੇਨਤੀ ਕਰਾਂਗੇ ਸਰਦਾਰ ਲਖਬੀਰ ਸਿੰਘ ਜੀ ਨੂੰ, ਉਹ ਆਪਣੇ ਹੱਥਾਂ ਦੇ ਨਾਲ ਜਿਹੜੀ ਟੀਮ ਫਾਈਨਲ ਵਿੱਚ ਪ੍ਰੋਸੀਡ ਕਰ ਗਈ ਹੈ ਉਹਨਾਂ ਨੂੰ ਗਿਫਟ ਐਂਪਰ ਸਿਮਕੋ ਵੱਲੋਂ, ਡਾਟਾ ਵਿੰਡ ਵੱਲੋਂ ਯੂਬੀ ਸਲੇਟ ਟੈਬਲੇਟ ਔਰ ਕੈਸ਼ ਪ੍ਰਾਈਜ਼ ਵੇ ਵੱਲੋਂ ਆਫਰ ਕਰਨ ਜੀ। ਬਹੁਤ ਬਹੁਤ ਧੰਨਵਾਦ ਦੋਨੋਂ ਵੀਰਾਂ ਦਾ। ਆਪ ਜੀ ਆਏ, ਸ਼ੋਅ ਦੀ ਸ਼ੋਭਾ ਵਧਾਈ, ਥੈਂਕ ਯੂ ਸੋ ਮਚ। ਅੱਜ ਦਾ ਐਪੀਸੋਡ ਅਸੀਂ ਇੱਥੇ ਸਮਾਪਤ ਕਰਦੇ ਹਾਂ। ਦਰਸ਼ਕਾਂ ਨੇ ਦੇਖਿਆ ਕਿ ਕਿੱਦਾਂ ਇੱਕ ਟੀਮ
ਥੱਲੇ ਤੋਂ ਲੈ ਕੇ ਉੱਪਰ ਤੱਕ ਮਿਹਨਤ ਕਰਦੀ ਹੋਈ ਫਾਈਨਲ ਵਿੱਚ ਪ੍ਰਵੇਸ਼ ਕਰ ਗਈ ਹੈ। ਅਗਲੇ ਸੈਮੀਫਾਈਨਲ ਦੇ ਨਾਲ ਅਗਲੇ ਹਫ਼ਤੇ ਫਿਰ ਮਿਲਾਂਗੇ ਇਸੇ ਹੀ ਚੈਨਲ 'ਤੇ ਐਸੇ ਵੇਲੇ। ਦਿਓ ਇਜਾਜ਼ਤ ਔਰ ਯੂਟਿਊਬ ਦੇ ਉੱਤੇ ਸਾਡੇ ਪ੍ਰੋਗਰਾਮ ਦੇਖਣਾ ਨਾ ਭੁੱਲਣਾ। ਫੇਸਬੁੱਕ 'ਤੇ ਆਪਣੇ ਸੁਝਾਅ ਦਿਓ ਔਰ ਵਟਸਐਪ 'ਤੇ ਸਾਡੇ ਸੁਝਾਅ ਦਿਓ ਔਰ ਬ੍ਰੇਕ ਦੇ ਵਿਚਕਾਰ ਪੁੱਛਿਆ ਗਿਆ ਪ੍ਰਸ਼ਨ ਦਾ ਉੱਤਰ ਦੇ ਕੇ ਜੇਤੂਆਂ ਦੇ ਵਿੱਚ ਸ਼ਾਮਲ ਹੋ। ਤਦ ਤੱਕ ਦਿਓ ਇਜਾਜ਼ਤ, ਅਗਲੇ ਹਫ਼ਤੇ ਫਿਰ ਮਿਲਾਂਗੇ ਇਸੇ ਚੈਨਲ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आओ बनिए गुरसिख प्यारा, आओ बनिए गुरसिख प्यारा, आओ बनिए गुरसिख प्यारा, आओ बनिए गुरसिख प्यारा। सिखी दा इतिहास सुनहरा, सिखी दा इतिहास।